ਅਨਨਿ ਸਵਾਗਤ ਹੈ ਤੁਹਾਡੇ ਇੱਕ ਵਾਰ ਫੇਰ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਵਿਭਾਗ ਦੇ ਵੱਲੋਂ ਜੋ ਹਫ਼ਤਾ 8 ਦੇ ਤੁਹਾਨੂੰ ਪ੍ਰਸ਼ਨ ਭੇਜੇ ਗਏਗੇ ਠੀਕ ਹੈ ਅਰਥ ਵਿਆਸਤੇ ਨਾਲ ਰਿਲੇਟਡ ਆਪਣਾ ਟੌਪਿਕ ਹੈ ਭਾਰਤ ਵਿੱਚ ਉਦਯੋਗਿਕ ਵਿਕਾਸ ਤਾਂ ਇਸ ਪਾਠ ਦੇ ਸਾਡੇ ਕੋਲ ਕੁੱਲ 20 ਕੁਐਸਚਨ ਭੇਜੇ ਗਏ ਜਿਹੜੇ ਸਾਨੂੰ ਡਿਪਾਰਟਮੈਂਟ ਨੇ ਭੇਜੇਗੇ ਉਹ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਠੀਕ ਹੈ ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਧਿਆਨ ਨਾਲ ਵੇਖਣਾਗਾ ਤੇ ਕੋਸ਼ਿਸ਼ ਕਰਨੀ ਹੈ ਸਕਿਪ ਨਾ ਕੀਤੀ ਜਾਵੇ ਠੀਕ ਹੈ ਕੋਈ ਵੀਰ ਕੁਝ ਕੁਐਸਚਨ ਦੇ ਉੱਤਰ ਦੇ ਨਾਲ ਕੁਝ ਗੱਲਾਂ ਨੇ ਪਹਿਲ ਲਿਖ ਕੇ ਜਾਂ ਬੋਲ ਕੇ ਤੁਹਾਨੂੰ ਦੱਸ ਦੇਵਾਂਗੇ ਫਿਰ ਉਹ ਕੋਈ ਵੀਰ ਸਕਿੱਪ ਹੋ ਜਾਂਦੀਆਂ ਨੇ ਤਾਂ ਆ우 ਸ਼ੁਰੂ ਕਰ ਦੇਾਂਗੇ ਸਭ ਤੋਂ ਪਹਿਲਾ ਪ੍ਰਸ਼ਨ ਆਪਣਾ ਇਸ ਟੌਪਿਕ ਦਾ ਬਸਤੀਵਾਦੀ ਰਾਜ ਦੌਰਾਨ ਅੰਗਰੇਜ਼ਾਂ ਦੁਆਰਾ ਭਾਰਤ ਦਾ ਸਾਰਾ ਕੱਚਾ ਮਾਲ ਖਰੀਦ ਕੇ ਬ੍ਰਿਟੇਨ ਨੂੰ ਭੇਜ ਦਿੱਤਾ ਜਾਂਦਾ ਸੀ ਇਸ ਨਾਲ ਭਾਰਤ ਦੇ ਕਿਹੜੇ ਉਦਯੋਗਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹਾਂਜੀ ਇਹਦੇ ਨਾਲ ਭਾਰ ਦੇ ਜਿਹੜੇ ਕਿਹੜੇ ਉਦਯੋਗ ਸੀ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਕੁਟੀਰ ਉਦਯੋਗ ਲਘੂ ਉਦਯੋਗ ਹਸਤ ਕਲਾ ਉਦਯੋਗ ਉਪਰੋਕਤ ਸਾਰੇ ਠੀਕ ਹੈ ਇਹ ਸਾਰੇ ਹੀ ਉਦਯੋਗ ਸੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿ ਜਿਹੜਾ ਰੌ ਮਟੀਰੀਅਲ ਸੀ ਕੱਚਾ ਮਾਲ ਸੀ ਠੀਕ ਹੈ ਉਹ ਇੰਗਲੈਂਡ ਸਸਤੇ ਦਾਮ ਤੇ ਮੁੱਲਾਂ ਤੇ ਭਾਰਤ ਵਿੱਚੋਂ ਖਰੀਦਦਾ ਸੀ ਤੇ ਠੀਕ ਹੈ ਇੰਗਲੈਂਡ ਦੇ ਵਿੱਚ ਭੇਜ ਦਿੰਦਾ ਸੀ ਤਾਂ ਜਦੋਂ ਭਾਰਤ ਦੇ ਵਿੱਚੋਂ ਜ਼ਿਆਦਾਤਰ ਮਾਲ ਇੰਗਲੈਂਡ ਚਲਣਾ ਸ਼ੁਰੂ ਹੋ ਗਿਆ ਤਾਂ ਇਹ ਜਿਹੜੇ ਉਦਯੋਗ ਸੀ ਕੁਟੀਰ ਲਘੂ ਤੇ ਹਸਤਕਲਾ ਇਹਨਾਂ ਨੂੰ ਕੱਚਾ ਮਾਲ ਬਹੁਤ ਮਹਿੰਗੇ ਰੇਟਾਂ ਦੇ ਖਰੀਦਣਾ ਪੈਂਦਾ ਸੀ ਠੀਕ ਹੈ ਇਸ ਕਰਕੇ ਨਾ ਜ਼ਿਆਦਾਤਰ ਨੁਕਸਾਨ ਨੰਬਰ 2 ਸੰਦੀਪ ਇੱਕ ਦੁਕਾਨ ਉੱਤੇ ਗਿਆ ਜਿੱਥੇ ਹੱਥ ਨਾਲ ਬਣੀਆਂ ਵਸਤੂਆਂ ਬਹੁਤ ਜ਼ਿਆਦਾ ਸਨ ਪਰ ਉੱਥੇ ਗ੍ਰਾਹਕ ਸਮਾਨ ਦੇ ਘੱਟ ਖਰੀਦ ਕਰ ਰਹੇ ਸਨ ਕੀ ਤੁਸੀਂ ਦੱਸ ਸਕਦੇ ਇਸ ਦਾ ਕੀ ਕਾਰਨ ਹੋ ਸਕਦਾਗਾ ਹਾਂਜੀ ਇਹਦਾ ਕੀ ਕਾਰਨ ਹੋ ਸਕਦਾ ਵੀ ਹੱਥ ਨਾਲ ਬਣੀਆਂ ਵਸਤਾਂ ਮਹਿੰਗੀਆਂ ਸਨ ਵਸਤੂਆਂ ਦੀ ਵਾਰੀ ਦਿਖਾवट ਚੰਗੀ ਨਹੀਂ ਸੀ ਵੱਡੇ ਦੇ ਯੋਗਾਂ ਦੇ ਮੁਕਾਬਲੇ ਇਸ ਦੀ ਕਿਸਮ ਚੰਗੀ ਨਹੀਂ ਸੀ ਠੀਕ ਹੈ ਤਾਂ ਇਹਦੇ ਵਿੱਚ ਪਹਿਲੀ ਅਸੀਂ ਗੱਲ ਕਰ ਸਕਦੇ ਹਾਂ ਕਿ ਵੀ ਹੱਥ ਨਾਲ ਬਣੀਆਂ ਵਸਤੂਆਂ ਬਹੁਤ ਮਹਿੰਗੀਆਂ ਸਨ ਹੁਣ ਦੇਖੋ ਕਿਉਂ ਮਹਿੰਗੀਆਂ ਸੀ ਠੀਕ ਹੈ ਹੱਥ ਨਾਲ ਬਣੀਆਂ ਵਸਤੂਆਂ ਦੇ ਮਹਿੰਗੀ ਹੋਣ ਦਾ ਕਾਰਨ ਇਹ ਹੈਗਾ ਵੀ ਜਿਹੜੀ ਵਸਤੂ ਹੱਥ ਨਾਲ ਬਣਦੀ ਹੈਗੀ ਇਕਤੋਂ ਦੀ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈਗੀ ਠੀਕ ਹੈ ਦੂਜਾ ਉਤੇ ਸਮਾਂ ਬਹੁਤ ਜ਼ਿਆਦਾ ਲੱਗਦਾ ਹੈਗਾ ਕਿਉਂਕਿ ਉਹ ਹੈਂਡ ਮੇਡ ਹੈਗਾ ਹੱਥ ਨਾਲ ਤਿਆਰ ਕੀਤੀ ਜਾ ਰਹੀ ਹੈਗੀ ਠੀਕ ਹੈ ਸਮਾਂ ਵੱਧ ਲੱਗੇਗਾ ਠੀਕ ਹੈ ਮਿਹਨਤ ਜ਼ਿਆਦਾ ਲੱਗੇਗੀ ਤਾਂ ਆਟੋਮੈਟਿਕ ਉਸ ਚੀਜ਼ ਦਾ ਰੇਟ ਆਟੋਮੈਟਿਕ ਹੀ ਵੱਜੇਗਾ ਠੀਕ ਹੈ ਦੂਸਰੇ ਪਾਸੇ ਇਕੋ ਉਹ ਚੀਜ਼ ਹੈ ਕਿ ਜਿਹੜੀ ਮਸ਼ੀਨ ਦੇ ਰਾਹੀਂ ਤਿਆਰ ਕੀਤੀ ਜਾ ਰਹੀ ਹੈਗੀ ਤਾਂ ਮਸ਼ੀਨਾਂ ਦੇ ਨਾਲ ਤਿਆਰ ਕੀਤੀਆਂ ਜਾਣ ਬਣੀਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਕਿਉਂ ਹਜ਼ਾਰਾਂ ਦੇ 10000 5000 1000 ਸੋ 100 150 200 ਪੀਸ ਨੂੰ ਇੱਕ ਵਾਰ ਚ ਤਿਆਰ ਕਰਨੇ ਹੈਗੇ ਪਰ ਇੱਥੇ ਜਿਹੜੀਆਂ ਹੱਥ ਨਾਲ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਨੇ ਉਹ ਇੱਕ ਸਮੇਂ ਇੱਕ ਹੀ ਬਣੂਗੀ ਠੀਕ ਹੈ ਇਸ ਕਰਕੇ ਇਹਨਾਂ ਦਾ ਆਟੋਮੈਟਿਕ ਜਿਹੜਾ ਮੁੱਲ ਹੈ ਕੋ ਜਿਆਦਾ ਵਗ ਜਾ ਬਾਦੀ ਜਾਂਦਾਗਾ ਠੀਕ ਹੈ ਤਾਂ ਹੱਥ ਨਾਲ ਬਣੀਆਂ ਵਸਤੂਆਂ ਮਹਿੰਗੀਆਂ ਹਸ ਨੰਬਰ 10 ਉਹ ਉਦਯੋਗ ਜਿੰਨਾ ਵਿੱਚ ਇੱਕ ਪਰਿਵਾਰ ਮਿਲ ਕੇ ਕੰਮ ਕਰਦਾ ਹੈ ਉਹਨਾਂ ਨੂੰ ਕਿਹੜੇ ਉਦਯੋਗ ਆਖਦੇ ਹੈਗੇ ਹਾਂਜੀ ਅਜਿਹੇ ਉਦਯੋਗਾਂ ਨੂੰ ਅਸੀਂ ਕਹਿੰਦੇ ਹੈਗੇ ਕੁਟੀਰ ਉਦਯੋਗ ਕਿ ਜਿੱਥੇ ਇੱਕ ਛੱਤ ਦੇ نیچے ਪਰਿਵਾਰ ਕਿਹੜੇ ਮੈਂਬਰ ਹੈਗੇ ਕੰਮ ਕਰਦੇ ਹੈਗੇ ਨੰਬਰ 4 ਜਦੋਂ ਉਤਪਾਦਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ ਤਾਂ ਕੀਮਤਾਂ ਡੈਸ਼ ਹੁੰਦੀਆਂ ਨੇ ਹਾਂਜੀ ਜਦੋਂ ਉਤਪਾਦਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਤਾਂ ਕੀਮਤਾਂ ਕੀ ਹੁੰਦੀਆਂ ਨੇ ਘਟ ਜਾਂਦੀਆਂ ਨੇ ਠੀਕ ਹੈ ਜਦੋਂ ਬਹੁਤ ਸਾਰੀਆਂ ਵਸਤੂਆਂ ਦਾ ਉਤਪਾਦਨ ਹੋਏਗਾ ਬਾਜ਼ਾਰ ਦੇ ਵਿੱਚ ਵਸਤੂਆਂ ਦੀ ਭਰਮਾਰ ਉਹਦੀ ਗਿਣਤੀ ਜ਼ਿਆਦਾ ਹੋਊਗੀ ਤਾਂ ਮੁੱਲ ਕੀ ਹੋਊਗਾ ਵੀ ਘਟ ਹੋਊਗਾ ਠੀਕ ਹੈ ਜਦੋਂ ਵਸਤੂਆਂ ਦੀ ਬਾਜ਼ਾਰ ਦੇ ਵਿੱਚ ਬਰਾਮਦ ਘਟੂ ਹੋ ਗਈ ਉਹ ਘਟ ਮਿਲਣਗੀਆਂ ਠੀਕ ਹੈ ਫਿਰ ਉੱਥੇ ਕੀਮਤ ਵਸਤੂਆਂ ਦੀ ਕੀ ਹੋਏਗੀ ਵੱਧ ਜਾਏਗੀ ਜਿਵੇਂ ਸਭ ਤੋਂ ਇੱਕ ਸੌਖੀ ਜੀ ਉਦਾਹਰਨ ਅਗਰ ਤੁਹਾਨੂੰ ਇੱਥੇ ਮੈਂ ਦਵਾਂ ਵਸਤੂਆਂ ਦਾ ਮੁੱਲ ਕਦੋਂ ਵੱਧ ਜਾਂਦਾ ਕੀਮਤਾਂ ਕਦੋਂ ਵਧਦੀਆਂ ਨੇ ਜਦੋਂ ਵਸਤੂਆਂ ਦੀ ਗਿਣਤੀ ਘਟ ਜੇ ਬਾਜ਼ਾਰ ਦੇ ਵਿੱਚ ਠੀਕ ਹੈ ਜਿਵੇਂ ਪਿਆਜ਼ ਦੀ ਅਸੀਂ ਗੱਲ ਕਰ ਲਈ ਹੈ ਨਾ ਤੁਸੀਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਹੋਏਗਾ ਜਿਹੜਾ ਪਿਆਜ਼ ਸੀ ਉਹ ਬਾਜ਼ਾਰ ਦੇ ਵਿੱਚ ਬਹੁਤ ਮਹਿੰਗਾ ਵਿਕ ਰਿਹਾ ਤੇ ਕਰੀਬ 150-200 ਰੁਪਏ ਕਿਲੋ ਉਹਦਾ ਕਾਰਨ ਇਹ ਸੀ ਵੀ ਜਿਹੜਾ ਪਿਆਜ਼ ਸੀ ਉਹ ਬਾਜ਼ਾਰ ਦੇ ਵਿੱਚ ਉਨੀ ਮਾਤਰਾ ਵਿੱਚ ਨਹੀਂ ਆ ਰਿਹਾ ਸੀ ਜਿੰਨੇ ਕੀ ਲੋੜ ਸੀ ਜਦੋਂ ਲੋੜ ਤੋਂ ਜ਼ਿਆਦਾ ਬਾਜ਼ਾਰ ਦੇ ਵਿੱਚ ਮਾਤਰਾ ਦੇ ਵਿੱਚ ਕੋਈ ਚੀਜ਼ ਆਵੇ ਫਿਰ ਉੱਥੇ ਮੁੱਲ ਘਟ ਜਾਂਦਾ ਹੈਗਾ ਠੀਕ ਹੈ ਉਤਪਾਦਨ ਵਿੱਚ ਜ਼ਿਆਦਾ ਵਾਧਾ ਹੋਣ ਦੇ ਨਾਲ ਕੀਮਤਾਂ ਘਟ ਜਾਂਦੀਆਂ ਨੇ ਨੰਬਰ 5 ਉਹ ਉਹ ਉਦਯੋਗ ਜਿਨ੍ਹਾਂ ਦਾ ਮਾਲਕ ਇੱਕ ਜਾਂ ਦੋ ਵਿਅਕਤੀ ਹੁੰਦੇ ਹਨ ਉਹਨਾਂ ਨੂੰ ਕਿਹੜੇ ਉਦਯੋਗ ਹੁੰਦੇ ਨੇ ਉਹ ਨਿੱਜੀ ਉਦਯੋਗ ਹੁੰਦੇ ਨੇ ਠੀਕ ਹੈ ਨੰਬਰ 6 ਇਹਨਾਂ ਦੀ ਘਾਟ ਕਾਰਨ ਉਦਯੋਗਿਕ ਵਿਕਾਸ ਦੀ ਗਤੀ ਧੀਮੀ ਹੋ ਜਾਂਦੀ ਹੈ ਹਨ ਜੀ ਖਣਿਜਾਂ ਦੀ ਘਾਟ ਦੇ ਕਾਰਨ ਪੂੰਜੀ ਦੀ ਮਜ਼ਦੂਰਾਂ ਦੀ ਅਪਰੋਕਤ ਸਾਰੇ ਤੇ ਇਹਨਾਂ ਦੀ ਘਾਟ ਨਾਲ ਉਦਯੋਗਿਕ ਵਿਕਾਸ ਦੀ ਗਤੀ ਧੀਮੀ ਹੋ ਜਾਂਦੀ ਹੈਗੀ ਨੰਬਰ 7 ਉਤਪਾਦਿਤ ਵਸਤੂਆਂ ਨੂੰ ਜਦੋਂ ਅਸੀਂ ਦੂਸਰੇ ਦੇਸ਼ਾਂ ਨੂੰ ਭੇਜਦੇ ਹਾਂ ਤਾਂ ਉਸ ਨੂੰ ਕੀ ਕਹਿੰਦੇ ਹੈਗੇ ਹਾਂ ਜੀ ਜਦੋਂ ਅਸੀਂ ਵਸਤੂਆਂ ਦੂਜੇ ਦੇਸ਼ਾਂ ਨੂੰ ਭੇਜਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਕਿ ਨਿਰਯਾਤ ਠੀਕ ਹੈ ਜਦੋਂ ਅਸੀਂ ਵਸਤੂਆਂ ਦੂਜੇ ਦੇਸ਼ਾਂ ਤੋਂ ਆਪਣੇ ਦੇਸ਼ ਵਿੱਚ ਮਗਾਉਂਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਕਿ ਆਯਾਤ ਠੀਕ ਹੈ ਆਯਾਤ ਅਤੇ ਨਿਰਯਾਤ ਨਿਰਯਾਤ ਜਦੋਂ ਅਸੀਂ ਵਸਤੂਆਂ ਦੂਜੇ ਦੇਸ਼ਾਂ ਨੂੰ ਭੇਜਣੀਆਂ ਨੇ ਠੀਕ ਜਦੋਂ ਅਸੀਂ ਦੂਜੇ ਚੀਜ਼ਾਂ ਦੇਸ਼ਾਂ ਤੋਂ ਵਸਤੂਆਂ ਮਗਾਉਣੀਆਂ ਨੇ ਉਹਨੂੰ ਅਸੀਂ ਕਹਿੰਦੇ ਹਾਂ ਕਿ ਆਯਾਤ ਦੋਨੇ ਯਾਦ ਰੱਖਿਓ ਨੰਬਰ 1 ਭਾਰਤ ਦੀ ਡੈਸ਼ ਪ੍ਰਤੀਸ਼ਤ ਜਨਸੰਖਿਆ ਖੇਤੀ ਉੱਤੇ ਨਿਰਭਰ ਕਰਦੀ ਹੈ ਹਾਂਜੀ 70% ਭਾਰਤ ਦੀ ਜਿਹੜੀ ਜਨਸੰਖਿਆ ਹੈਗੀ ਉਹ ਖੇਤੀਬਾੜੀ ਦੇ ਉੱਪਰ ਨਿਰਭਰ ਕਰਦੀ ਹੈਗੇ। ਨੰਬਰ 9 ਇਸਪਾਤ, ਲੋਹਾ, ਕੋਲਾ, ਰਸਾਇਣਿਕ ਖਾਦਾਂ ਆਦ ਦੇ ਆਧਾਰ ਉੱਤੇ ਉਦਯੋਗਾਂ ਨੂੰ ਕਿਹੜੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ? ਹਾਂਜੀ ਇਹ ਸਾਰੇ ਜਿਹੜੇ ਉਦਯੋਗ ਨੇ ਇਹਨਾਂ ਨੂੰ ਅਸੀਂ ਰੱਖਦੇ ਹਾਂਗੇ ਮੁੱਢਲੇ ਉਦਯੋਗਾਂ ਦੀ ਸ਼੍ਰੇਣੀ ਦੇ ਵਿੱਚ। ਇਹ ਸਾਰੇ ਕਿਹੜੇ ਉਦਯੋਗ ਨੇ ਮੁੱਢਲੇ ਉਦਯੋਗ ਨੰਬਰ 10 1954 ਸੀ ਵਿੱਚ ਉਦਯੋਗਿਕ ਖੇਤਰ ਦਾ ਵਿਕਾਸ ਕਰਨ ਲਈ ਕਰਜਾ ਦੇਣ ਵਾਲੀ ਕਿਹੜੀ ਸੰਸਥਾ ਸਥਾਪਿਤ ਕੀਤੀ ਗਈ ਸੀ ਹਾਂਜੀ ਇਹ ਸੀ ਉਦਯੋਗਿਕ ਵਿਕਾਸ ਨਿਗਮ ਤੇ ਲਈ ਦੂਜੀ ਆਪਸ਼ਨ ਸੀ ਹੈ ਜੀ ਆਪਣੇ ਕੋਲ ਉਦਯੋਗਿਕ ਵਿਕਾਸ ਨਿਗਮ ਪ੍ਰਸ਼ਨ ਨੰਬਰ 11 ਸਰਕਾਰੀ ਅੰਕੜਿਆਂ ਅਨੁਸਾਰ 1996 ਵਿੱਚ ਸਰਬਜਨਕ ਖੇਤਰ ਵਿੱਚ ਉਦਯੋਗਿਕ ਇਕਾਈਆਂ ਕਿੰਨੀਆਂ ਸਨ ਹਾਂਜੀ ਉਦਯੋਗਿਕ ਇਕਾਈਆਂ ਦੀ ਗਿਣਤੀ ਕਿੰਨੀ ਸੀ ਕਿਹਾਤੇ ਸੀ 264 1996 ਦੇ ਵਿੱਚ ਜਿਹੜੇ ਸਰਬਜਨਕ ਖੇਤਰ ਵਿੱਚ ਉਦਯੋਗਿਕ ਇਕਾਈਆਂ ਸੀ ਉਹ ਕਿੰਨੀਆਂ ਸੀ 264 ਨੰਬਰ 12 1951 ਵਿੱਚ ਸਰਬਜਨਕ ਖੇਤਰ ਵਿੱਚ ਡੈਸ਼ ਪੂੰਜੀ ਨਿਵੇਸ਼ ਕੀਤਾ ਗਿਆ ਹਾਂਜੀ ਕਿੰਨਾ ਨਿਵੇਸ਼ ਕੀਤਾ ਗਿਆ 29 ਕਰੋੜ ਠੀਕ ਹੈ ਤਾਂ 1951 ਤੋਂ ਬਾਅਦ ਇਹ ਪੂੰਜੀ ਨਿਵੇਸ਼ ਸੀ ਲਗਾਤਾਰ ਵਧਦਾ ਗਿਆ ਨੰਬਰ 13 ਨਵੀਂ ਉਦਯੋਗਕੀ ਨੀਤੀ ਤਹਿਤ 1999 ਵਿੱਚ ਡੈਸ਼ ਉਦਯੋਗਾਂ ਨੂੰ ਲਾਇਸੈਂਸ ਦੇਣ ਦੀ ਜ਼ਰੂਰਤ ਸੀ ਹਾਂਜੀ ਕਿੰਨੇ ਉਦਯੋਗਾਂ ਨੂੰ 6 ਉਦਯੋਗਾਂ ਨੂੰ ਠੀਕ ਹੈ ਸਿਰਫ 6 ਉਦਯੋਗਾਂ ਨੂੰ ਲਾਇਸੈਂਸ ਲੈਣ ਦੀ ਲੋੜ ਸੀ ਨੰਬਰ 14 ਅਵਤਾਰ ਦੇ ਦੇ ਆਪਕ ਨੇ ਕਲਾਸ ਨੂੰ ਦੱਸਿਆ ਕਿ ਜੇਕਰ ਦੇਸ਼ ਵਿੱਚ ਉਦਯੋਗੀਕਰਨ ਤੇਜ਼ ਹੋਵੇਗਾ ਤਾਂ ਸਾਨੂੰ ਹੇਠ ਲਿਖਿਆ ਲਾਭ ਹੋਏਗਾ ਹਾਂਜੀ ਕੀ ਹੋਏਗਾ ਰੁਜ਼ਗਾਰ ਵਿੱਚ ਵਾਧਾ ਹੋਏਗਾ ਰਾਸ਼ਟਰੀ ਆਮਦਨੀ ਵਿੱਚ ਵਾਧਾ ਹੋਏਗਾ। ਭੂਮੀ ਉੱਤੇ ਜਨਸੰਖਿਆ ਦੇ ਦਬਾਅ ਵਿੱਚ ਕਮੀ ਹੋਏਗੀ। ਉਪਰੋਕਤ ਸਾਰੇ ਤਾਂ ਸਾਰੀਆਂ ਆਪਸ਼ਨਾਂ ਸਹੀ ਨੇ। ਜਦੋਂ ਵੱਧ ਤੋਂ ਵੱਧ ਉਦਯੋਗ ਲੱਗਣਗੇ, ਉਦਯੋਗਿਕ ਵਿਕਾਸ ਹੋਏਗਾ ਤਾਂ ਉੱਥੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਜਿੰਦਰ ਰੋਜ਼ਗਾਰ ਮਿਲੇਗਾ ਉਤਪਾਦਨ ਵਧਿਆ, ਵੱਧ ਉਦਯੋਗ ਲੱਗੇ। ਠੀਕ ਹੈ। ਉਹਨਾਂ ਨੇ ਟੈਕਸ ਦਿੱਤਾ ਤਾਂ ਸਰਕਾਰ ਦੇ ਆਟੋਮੈਟ ਆਮਦਨੀ ਵਿੱਚ ਵੀ ਵਾਧਾ ਆਏਗਾ। ਤਾਂ ਜਿਹੜੇ ਲੋਕ ਭੂਮੀ ਉੱਤੇ ਜ਼ਿਆਦਾ ਖੇਤੀਬਾੜੀ ਦੇ ਵਿੱਚ ਲੱਗੇ ਹੈਗੇ ਛੋਪੇ ਹੋਏ ਬੇਰੋਜ਼ਗਾਰ ਨੇ ਜਦੋਂ ਉਦਯੋਗਾਂ ਦੇ ਵਿੱਚ ਕੰਮ ਕਰਨਗੇ ਤਾਂ ਭੂਮੀ ਉੱ ਕਰ ਦੇਗਾ ਠੀਕ ਹੈ ਤਾਂ ਪਰੋਕਤ ਸਾਰੀਆਂ ਆਪਸ਼ਨ ਹੈ ਦੇ ਲਈ ਬਿਲਕੁਲ ਸਹੀ ਨੇ ਪ੍ਰਸ਼ਨ ਨੰਬਰ 15 ਭਾਰਤ ਵਿੱਚ ਗਰੀਬੀ ਕਾਰਨ ਬਚਤਾਂ ਘਟ ਹਨ ਜਿਸ ਕਰਕੇ ਉਦਯੋਗਾਂ ਵਿੱਚ ਡੈਸ਼ ਦੇ ਘਟ ਰਹੇ ਹਨ ਜਿੱ ਕੀ ਦੀ ਘਟ ਹੈ ਵੀ ਨਿਵੇਸ਼ ਦੀ ਠੀਕ ਹੈ ਜਦੋਂ ਤੁਹਾਡੀ ਬਚਤ ਜਿਆਦਾ ਹੋਊਗੀ ਫਿਰ ਹੀ ਅਸੀਂ ਇਨਵੈਸਟ ਕਰਾਂਗੇ ਕਿਤਨੇ ਕਿਤੇ ਨਿਵੇਸ਼ ਕਰਾਂਗੇ ਨੰਬਰ 16 ਪੰਜਾਬ ਵਿੱਚ 1994-95 ਦੌਰਾਨ ਵੱਡੇ ਉਦਯੋਗਾਂ ਵਿੱਚ ਕਿੰਨਾ ਉਤਪਾਦਨ ਹੋਇਆ ਸੀ ਹਾਂਜੀ ਕਿੰਨਾ ਉਤਪਾਦਨ ਹੋਇਆ ਸੀ ਠੀਕ ਹੈ 13500 ਕਰੋੜ ਨੰਬਰ 17 ਜਿਨ੍ਹਾਂ ਵਸਤੂਆਂ ਦਾ ਉਤਪਾਦਨ ਹੋਰਨਾਂ ਵਸਤੂਆਂ ਦੇ ਉਤਪਾਦਨ ਦੇ ਲਈ ਕੀਤਾ ਜਾਂਦਾ ਹੈਗਾ ਉਹਨਾਂ ਉਦਯੋਗਾਂ ਨੂੰ ਕੀ ਕਹਿੰਦੇ ਹੈਗੇ ਹਾਂਜੀ ਇਹ ਜਿਹੇ ਉਦਯੋਗਾਂ ਨੂੰ ਅਸੀਂ ਕਹਿੰਦੇ ਹੈਗੇ ਮੱਧਵਰਤੀ ਵਸਤੂ ਉਦਯੋਗ ਠੀਕ ਹੈ ਮੱਧਵਰਤੀ ਵਸਤੂ ਅਦਿ ਜਿੱਥੇ ਕਿਸੇ ਚੀਜ਼ ਨੂੰ ਆਧਾਰ ਬਣਾ ਕੇ ਠੀਕ ਹੈ ਦਾ ਵਸਤੂਆਂ ਦੇ ਉਤਪਾਦਨ ਨੂੰ ਕਿਸੇ ਹੋਰ ਉਦਯੋਗਾਂ ਦੇ ਵਿੱਚ ਵਰਤੇ ਜਾਂਦਾ ਹੈ ਜਿਨ੍ਹਾਂ ਵਸਤੂਆਂ ਦਾ ਉਤਪਾਦਨ ਹੋਰਨਾਂ ਵਸਤੂਆਂ ਦੇ ਉਤਪਾਦਨ ਲਈ ਕੀਤਾ ਜਾਂਦਾ ਹੈਗਾ ਉਹਨਾਂ ਉਦਯੋਗਾਂ ਨੂੰ ਕੀ ਕਹਿੰਦਾਗਾ ਮੱਧ ਵਰਤੀ ਬਸਤੂ ਉਦਯੋਗ ਪ੍ਰਸ਼ਨ ਨੰਬਰ 18 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਠੀਕ ਹੈ ਸਹੀ ਦੱਸਣਾ ਸੀ ਕਿਹੜਾਗਾ ਪਹਿਲਾਂ ਦੇਖੋ ਫੈਰਾ ਕੰਪਨੀਆਂ ਵੱਡੇ ਪੈਮਾਨੇ ਵਿੱਚ ਉਤਪਾਦਨ ਕਰਦੀਆਂ ਹਨ ਹਾਂਜੀ ਇਹ ਬਿਲਕੁਲ ਸਹੀ ਹੈ ਫੇਰਾ ਕੰਪਨੀਆਂ ਵਿਦੇਸ਼ੀ ਮੁਦਰਾ ਦਾ ਬਹੁਤ ਅधिक ਪ੍ਰਯੋਗ ਕਰਦੀਆਂ ਹਨ ਇਹ ਵੀ ਬਿਲਕੁਲ ਸਹੀ ਹੈ ਕਿਉਂਕਿ ਜ਼ਿਆਦਾਤਰ ਵਿਦੇਸ਼ੀ ਕੰਪਨੀ ਹੁੰਦੀਆਂ ਨੇ ਫੇਰਾ ਕੰਪਨੀ ਗੈਰ ਕਾਰਖਾਨਾ ਨਿਰਮਾਣ ਇਕਾਈਆਂ ਵਿੱਚ ਆਉਂਦੀਆਂ ਹਨ ਇਹ ਗਲਤ ਹੈ ਫੇਰਾ ਕੰਪਨੀ ਵਿਕਾਸਨ ਨਾਲ ਸੰਬੰਧਿਤ ਨਹੀਂ ਹਨ ਨਹੀਂ ਗਲਤ ਹੈ ਤਾਂ ਇਹਦੇ ਲਈ ਸਾਡੇ ਕੋਲ ਤੀਜੀ অপਸ਼ਨ ਆ ਜਾਏਗੀ 1 ਅਤੇ 2 ਇਹ ਦੋਨੋਂ ਸਹੀ ਹੈਗੇ ਪਹਿਲੇ ਦੋ ਨੇ ਜਿਹੜੇ ਪ੍ਰਸ਼ਨ ਨੰਬਰ 19 ਤਕਨੀਕੀ ਵਿਕਾਸ ਬੋਰਡ ਦੀ ਸਥਾਪਨਾ ਦਾ ਮੁੱਖ ਉਦੇਸ਼ ਹੈ ਹਾਂਜੀ ਇਹਨਾਂ ਦੇ ਵਿੱਚੋਂ ਤਕਨੀਕੀ ਵਿਕਾਸ ਬੋਰਡ ਜਿਹੜਾ ਬਣਾਇਆ ਗਿਆ ਸੀ ਇਹ ਬਣਾਇਆ ਗਿਆ ਸੀ 1976 ਵੀ ਇਹ ਵੀ ਤੁਸੀਂ ਨੋਟ ਕਰ ਲਿਓ 1976 ਦੇ ਵਿੱਚ ਇਹਨੂੰ ਬਣਾਇਆ ਗਿਆ ਸੀ ਤਕਨੀਕੀ ਵਿਕਾਸ ਬੋਰਡ ਨੂੰ ਇਹਦਾ ਮੁੱਖ ਕੰਮ ਕੀ ਹੈ ਕੀ ਕਾਰਜ ਹੈ ਇਹਦਾ ਮੁੱਖ ਉਦੇਸ਼ ਕੀ ਹੈ ਉਦਯੋਗਿਕ ਇਕਾਈਆਂ ਦਾ ਆਧੁਨਿਕ ਕਰਨ ਸਰਨਾ ਤਾਂ ਪਹਿਲੀ অপਸ਼ਨ ਸੀ ਆ ਜੇਗੀ ਉਦਯੋਗਿਕ ਇਕਾਈਆਂ ਦਾ ਆਧੁਨਿਕ ਕਰਨ ਕਰਨਾ ਨੰਬਰ 2 ਉਹ ਕਿਹੜੇ ਉਦਯੋਗ ਹਨ ਜੋ ਖੇਤੀ ਅਤੇ ਉਦਯੋਗਾਂ ਲਈ ਮਸ਼ੀਨਰੀਆਂ ਤੇ ਜੰਤਰਾ ਦਾ ਉਤਪਾਦਨ ਕਰਦੇ ਹਨ ਹਾਂਜੀ ਇਹ ਜਿਹੇ ਜਗਨੂ ਇਸ ਕਹਿੰਦੇ ਪੂੰਜੀਗਤ ਵਸਤੂ ਉਦਯੋਗ ਤਾਂ ਇਹ 20 ਪ੍ਰਸ਼ਨ ਸੀ ਆਪਣੇ ਕੋਲੇ ਇਸ ਟਾਪਿਕ ਦੇ ਜਿਹੜੇ ਆਪਾਂ ਤੁਹਾਡੇ ਲਈ ਹਲਕੀ ਕੀਤੀ ਹੈਗੀ ਠੀਕ ਹੈ ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਤੁਸੀਂ ਇਹਨਾਂ ਨੂੰ ਆਪਣੀ ਕਾਪੀਆਂ ਦੇ ਉੱਤੇ ਨੋਟ ਕਰਨਾਗਾ ਠੀਕ ਤਾਂ ਜੋ ਅਸੀਂ ਦੁਬਾਰਾ ਫਿਰ ਇਹਨਾਂ ਨੂੰ ਰਿਵਾਈਜ਼ ਕਰ ਸਕੀਏ ਤੇ ਜਿਹੜਾ ਸਾਡਾ ਵੀਕਲੀ ਟੈਸਟ ਹੋਏਗਾ ਉਹਦੇ ਵਿੱਚ ਸਾਡੇ ਚੰਗੇ ਅੰਕ ਆ ਸਕਣ ਠੀਕ OK थैंक यू